ਸਤਨਾਮੁ ਵਾਖੇ ਗੁਰੂ ਜੀਉ ਬੇਸ਼ੁਮਾਰ ਅਥਾ ਅਗਨਿਤ ਅਤੋਲ ਜੋ ਬੋਲਾ ਸਤਨਾਮ ਵਾਹਿਗੁਰੂ ਜੀਓ ਧਨਸਰੀ ਮਹੱਲਾ ਨਵਾ ਸਾਦੋ ਏ ਜਗ ਪਰਮ ਪੁਲਾਣਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਿਕਾਨਾ ਰਹਾ ਮਾਤ ਪਿਤਾ ਪਾਈ ਸੁਤ ਬਨਤਾ ਤਾਂ ਕੈ ਰਸ ਲਪਟਾਨਾ ਜੋ ਬਨ ਧਨ ਪ੍ਰਵਤਾ ਕੈ ਮਦ ਮੈਂ ਅਹਨਿਸ ਰਹੇ دیਵਾਨਾ ਦੀਨ ਦੇ ਹਾਲ ਸਦਾ ਦੁੱਖ ਪੰਜਨ ਤਾਂ ਸੋ ਮਨ ਨ ਲਗਾਣਾ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਤਗੁਰੂ ਗਰੀ ਬਨਵਾਜ ਹਨ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਤੁਰੋਂ ਆਈ ਹੋਈ ਅਕਾਲੀ ਬਾਣੀ ਇਹਨਾਂ ਦੇ ਦਰਸ਼ਨ ਦੀਦਾਰ ਸਤਿਗੁਰੂ ਕੀ ਬਖਸ਼ੀ ਬੁੱਧ ਮੁਤਾਬਕ ਰਲ ਮਿਲ ਕੇ ਕਰ ਰਹੇ ਹਾਂ ਤਨਾਸਰੀ ਰਾਗ ਅੰਦਰ ਸਤਿਗੁਰਾਂ ਨੇ ਅੱਜ ਦਾ ਸ਼ਬਦ ਉਚਾਰਨ ਕੀਤਾ ਹੈ ਗੁਰੂ ਦਾਤਾ ਜੀ ਦੇ ਬੱਚੇ ਨੇ ਸਾਧੋ ਇਹ ਜਗ ਪਰਮ ਪੁਲਾਣਾ ਆਖੇ ਓਮ ਕੜੇ ਇਹੋ ਪੜਾਂਗੇ ਤਿਕੋੜੇ ਦੀ ਆਵਾਜ਼ ਇੱਕ ਵਚਨ ਪਈ ਇੱਕੋ ਹੀ ਜਾਗੇ ਨਾ ਇੱਕ ਦੀ ਗੱਲ ਹੋਰੀ ਜਗ ਗਗੇ ਚੱਲੇ ਔਂਕਰ ਸਾਧੂ ਹੇ ਸਤਸੰਗਿਓ ਸਾਰਾ ਜਗਤ ਕਿਸੇ ਪਰਮਪੁਲੇਖੇ ਵਿੱਚ ਹੈ ਪਟ ਕਰਿਆ ਏ ਕੀ ਪਟ ਕਰਿਆ ਏ RAM ਨਾਮ ਦਾ ਸਿਮਰਨ ਛੋੜਿਆ ਮਾਇਆ ਖਾਤ ਵਿਕਾਨਾ ਰਹਾਓ ਅਕਾਲ ਪੁਰਖ ਦਾ ਸਿਮਰਨ ਛੱਡ ਦਿੱਤਾ ਤੇ ਮਾਇਆ ਦੇ ਖੱਥਾਂ ਵਿੱਚ ਇਹ ਵਿਕ ਗਿਆ। ਪਿਆਰੋ ਅੱਜ ਮੈਂ ਬੇਨਤੀ ਕਰਨਾ ਚਾਹਨਾ ਤੁਹਾਡੇ ਚਰਨਾਂ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਹਰ ਬੰਦਾ ਮਾਇਆ ਦੇ ਖੱਥਾਂ ਵਿੱਚ ਛੱਡ ਕੇ ਵਿਕ ਗਿਆ। ਵਿਕ ਜਾਣਾ ਦਾ ਮਤਲਬ ਹੁੰਦਾ ਉਹਦੇ ਲਈ ਕੰਮ ਕਰਨਾ ਸਾਰਾ ਕੁਝ। ਵਿਕਦੇ ਹੋ ਨਾ ਕੋਈ ਬੰਦਾ ਇਸ ਮਾਇਆ ਦੀ ਖਾਤਰ ਆਪਣੀ ਇੱਜ਼ਤ ਵੇਚ ਦਿੰਦਾ ਕੋਈ ਸਮਾਇਆ ਦੀ ਖਾਤਰ ਸ਼ੋਹਰਤ ਨੂੰ ਕੋਈ ਸਮਾਇਆ ਦੀ ਖਾਤਰ ਪਰਿਵਾਰ ਨੂੰ ਕੋਈ ਸਮਾਇਆ ਦੀ ਖਾਤਰ ਗੁਰੂ ਕੀ ਪਿਆਰਿਓ ਵਖ ਵਖ ਜਗਾ ਤੇ ਜਿੱਥੇ ਨੂੰ ਮਾਇਆ ਮਿਲੇ ਉਹਦੇ ਬਦਲੇ ਇਹ ਆਪਣਾ ਸਰੀਰ ਆਪਣੀ ਵਿੱਦਿਆ ਆਪਣੀ ਜਮੀਰ ਇਹ ਵੇਚਨ ਨੂੰ ਤਿਆਰ ਹੋ ਜਾਂਦਾ ਹੈ ਸਹਬ ਕਹਿੰਦੇ ਇਹ ਮਾਇਆ ਦਾ ਇਹਨੂੰ ਐਖੋ ਜਾਂ ਚਸਕਾ ਹੈ ਪਿ ਇਕਠੀ ਕਰਾਂ ਕਈ ਵਾਰਨ ਪਰਿਵਾਰ ਤੇ ਕਬੀਲਾ ਵੀ ਵੇਚ ਧਰਦਾ ਹੈ ਮਾਇਆ ਲੈ ਲਈ ਕਬੀਲੇ ਲਈ ਦੁੱਖ ਸ਼ੁਰੂ ਹੋ ਗਏ ਕਈ ਵਾਰ ਐਸਾ ਹੁੰਦਾ ਈ ਮਾਇਆ ਦੇ ਗੁਲਾਮ ਬੰਦਾ ਵਿਕ ਜਾਵੇ ਤੇ ਪੂਰੀ ਕੌਮ ਖੀ ਵਿਕ ਜਾਂਦੀ ਕਹਨ ਕੌਮ ਨੂੰ ਵੇਚ ਦਿੰਦੇ ਨੇ ਆਗੂ ਐਸਾ ਕਰ ਦੇ ਕਹਨ ਪਿਆਰਿਓ ਪਰ ਇਸ ਦੇ ਜਦੋਂ ਮਾਇਆ ਕੁਲ ਵਿਕੀਦਾ ਉਸ ਦੇ ਬਦਲੇ ਚ ਬੰਦਾ ਆਪ ਵੀ ਕੁਵਾਰ ਹੁੰਦਾ ਜਿਉਂਨੇ ਉਹਦੇ ਬਦਲੇ ਪਰਿਵਾਰ ਵੇਚਿਆ ਤੇ ਪੂਰਾ ਪਰਿਵਾਰ ਦੁੱਖ ਭੋਗਦਾ ਜਾਪਦਾ 4 ਦਿਨ 4 ਪੈਸੇ ਆਏ ਬਾਅਦ ਵਿੱਚ ਉਹ ਸਾਰਾ ਦੁੱਖ ਕੇ ਕੌਮਾਂ ਦੀਆਂ ਕੌਮਾਂ ਵੇਚ ਦਿੰਦੇ ਨੇ ਗੁਰੂ ਕੇ ਪਿਆਰਿਓ ਆਪਣਾ ਤੇ ਇਤਿਹਾਸ ਹੀ ਭਰਿਆ ਪਿਆ ਇਹਨਾ ਜਿੱਥੇ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਉੱਚ ਕੁਝ ਮਾਇਆ ਦੇ ਖੱਤਾਂ ਵਿੱਚ ਵਿਕ ਕੇ ਜਿਨ੍ਹਾਂ ਨੇ ਪੂਰੀ ਕਮ ਤੇ ਰਾਜ ਹੀ ਵੇਚ ਕੇ ਰੱਖ ਦਿੱਤਾ ਧਿਆਨ ਸਿੰਘ ਡੋਗਰਾ ਸਿੱਖ ਰਾਜ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਪਰ ਪਤਾ ਨਹੀਂ ਉਹਦੇ ਅੰਦਰ ਕਿਹੜੀ ਅਜੇ ਮਾਇਆ ਦੀ ਘੋਰ ਭੁੱਖ ਸੀ ਅਜੇ ਕੀ ਕੋਜ ਇਸ ਮਾਇਆ ਕੋਲੋਂ ਕਰਵਾਉਣਾ ਚਾਹੁੰਦਾ ਸੀ ਪਿਆਰੂ ਜਿਹੜਾ 40 ਸਾਲ ਰਾਜ ਕਾਇਮ ਕੀਤਾ ਦੁਨੀਆ ਦੇ ਸਾਹਮਣੇ ਮਿਸਾਲ ਸੀ ਪਰ ਰਾਜਾ ਕਿੰਨੂ ਕਹੀਦਾ ਹੈ ਜਨਤਾ ਨੂੰ ਪਿਆਰ ਕਿਵੇਂ ਕਰੀਦਾ ਹੈ ਉਹਨੇ ਚੰਦ ਟਕਿਆਂ ਦੀ ਖਾਤਰ ਉਹ ਰਾਜ ਨੂੰ ਤਬਾਹ ਕਰਕੇ ਰੱਖ ਦਿੱਤਾ ਸਾਥ ਸੰਗਤ ਇਹ ਕਾਰਨ ਸਿ ਆਪਾਂ ਵੇਖਦੇ ਮਹਾਰਾਜਾ ਦਲੀਪ ਸਿੰਘ ਅਜੇ 4-5 ਸਾਲ ਦਾ ਬੱਚਾ ਹੈ ਅੰਗਰੇਜ਼ਾਂ ਨੇ ਉਹਨੂੰ ਖਡਾਉਣ ਵਾਲੀ ਨੈਣੀ ਖਡਾਵੀ ਨੂੰ ਖਰੀਦ ਲਿਆ ਪੈਸੇ ਦੇ ਕੇ ਉਹਨ ਕਹਿੰਦੇ ਕੋਈ ਨੂਰ ਖੀਰਾ ਉਸ ਬੱਚੇ ਦੇ ਗਲ ਵਿੱਚ ਪਾ ਕੇ ਤੂੰ ਕਿਲੇ ਤੋਂ ਬਾਹਰ ਆ ਜਾਵੇਂਗਾ ਪਾਰਕ ਵਿੱਚ ਖੜਾਣ ਦੇ ਬਹਾਨੇ ਆਵੀ ਉਥੇ ਸਾਡਾ ਪ੍ਰਬੰਧ ਹੋਏਗਾ ਅਸੀਂ ਆਪਣੇ ਆਪ ਹੀ ਉਹਨੂੰ ਚੁੱਕ ਲਵਾਂਗੇ ਉਹ ਜਿਹੜੀ ਸਿੱਖ ਰਾਜ ਦੇ ਘਰ ਅੰਦਰ ਮਹਾਰਾਜ ਦੇ ਘਰ ਅੰਦਰ ਪੈਸਾ ਲੈਣ ਆਲੀ ਖਿਡਾਵੀ ਚੰਦ ਟਕਿਆਂ ਦੀ ਖਾਤਰ ਉਹਨੇ ਐਸੇ ਹੀ ਕੀਤਾ ਧੋਖਾ ਕਮਾਇਆ ਸੀ ਮਹਾਰਾਜਾ ਦਲੀਪ ਸਿੰਘ ਦੇ ਗਲ ਵਿੱਚ ਕੋਈ ਨੁਰਖੀਰਾ ਪਾ ਕੇ ਬਾਹਰ ਲਿਆਈ ਅੰਗਰੇਜ਼ਾਂ ਨੇ ਚੁੱਕ ਲਿਆ ਪਿਆਰਿਓ ਉਹ ਕੋਨੌਰ ਕੀਰਾ ਫਿਰ ਉਹ ਸਪੈਸ਼ਲ ਜਖਾ ਸਮੁੰਦਰੀ ਦਾਜ ਰਾਇ ਇੰਗਲੈਂਡ ਲੈ ਕੇ ਆਏ ਸਨ ਜਿਹੜੇ ਕੋਈ ਨੂਰ ਕੀਰਾ ਦੀ ਕੀਮਤ ਨਹੀਂ ਪੈ ਸਕਦੀ ਕੋਈ ਅੱਜ ਤੱਕ ਉਹਦਾ ਮੁੱਲ ਨਹੀਂ ਪਿਆ ਕੇਵਲ ਉਹਨੂੰ ਕਿਸੇ ਨੇ ਜਿੱਤਿਆ ਆਪਣੀ ਤਾਕਤ ਨਾਲ ਅੰਗਰੇਜ਼ਾਂ ਨੇ ਧੋਖੇ ਨਾਲ ਉਹਨੂੰ ਕਾਬੂ ਕੀਤਾ ਇਹ ਤਾਕਤ ਦਾ ਪ੍ਰਤੀਕ ਸੀ ਇਕੋਰਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਜਦੋਂ ਸ਼ਾਹ ਸੁਜਾਲ ਕੋਲੋਂ ਕਾਫੀ ਕੀਮਤ ਸ਼ਾਹ ਸੁਜਾਲ ਨੂੰ ਆਖਿਆ ਕਿ ਇਹ ਦੀ ਕੀਰੇ ਦੀ ਕੀਮਤ ਤੇ ਤੁਸੀਂ ਕਹਿੰਦੇ ਕਾਇ ਨਹੀਂ ਇਹਦੇ ਬਦਲੇ ਅਸੀਂ ਤੈਨੂੰ ਛੁਡਾਇਆ ਕਸ਼ਮੀਰ ਤੋਂ ਅਬਦਾਲੀ ਦੇ ਪੋਤਿਆਂ ਦੀ ਗੱਲ ਕਰਦਾ ਸ਼ਾਹ ਸੁਜਾਲ ਤੇ ਸ਼ਾਹ ਜਮਾਨ ਖੈਰ ਇੱਕ ਵੱਖਰੀ ਗੱਲ ਇਹ ਮੈਂ ਕਹਿਣਾ ਇਹ ਚਾਰਿਆ ਸੀ ਕੱਲ ਮਾਇਆ ਦੇ ਖਤ ਵਿਕਣ ਦੀ ਜਦੋਂ ਕੋਨਰ ਖੀਰੇ ਬਾਰੇ ਉਹ ਅਫਗਾਨੀ ਦੇ ਪੋਤਿਆਂ ਨੂੰ ਪੁੱਛਿਆ ਫਿਰ ਇਹਦੇ ਇਹਨਾਂ ਦੀ ਕੀਮਤ ਤੁਸੀਂ ਪੁਆਈ ਹੋਏਗੀ ਕਿੰਨੀ ਹੋਏਗੀ ਉਹ ਕਹਿੰਦੇ ਦੀ ਕੀਮਤ ਤੇ ਨਹੀਂ ਪਰ ਇੱਕ ਗੱਲ ਅਸੀਂ ਸੁਣਦੇ ਆਏ ਆ ਜੇਕਰ ਬੰਦਾ ਇੱਕ ਖਾਲੀ ਮੈਦਾਨ ਵਿੱਚ ਖਲੋਤ ਤੱਕ ਹੋਵੇ ਉਹਦੀ ਨਿਗਾਹ ਸੱਜੇ ਜਿਤੋਂ ਤੱਕ ਜਾਂਦੀ ਖੱਬੇ ਜਿਤੋਂ ਤੱਕ ਜਾਂਦੀ ਸਾਹਮਣੇ ਤੇ ਪਿੱਛੇ ਤੇ ਉੱਪਰ ਆਕਾਸ਼ ਵੱਲ ਜੇ ਇਨੀ ਜਗਾ ਤੇ ਕੋਈ ਸੋਨਾ ਪਰ ਦੇਵੇ ਪੂਰਾ ਤਿਆਂ ਲਾ ਕੇ ਤਾਂ ਵੀ ਅਜੇ ਸੋਨੇ ਦੀ ਕੀਮਤ ਘੱਟ ਤੇ ਕੋਈ ਨੂਰਤੀ ਵਾ ਦੇ ਉਹ ਇੱਕ ਪਿਆਰਿਓ ਮਹਾਰਾਜਾ ਦਲੀਪ ਸਿੰਘ ਬਾਲਕ ਕੇ ਉਹਦੇ ਗਲਪਵਾ ਕੇ ਖਿਡਾਵੀ ਨੇ ਉਹ ਕੋਈ ਨੁਰਖੀਰਾ ਧੋਖੇ ਨਾਲ ਸਾਧ ਸੰਗਤ ਅੰਗਰੇਜ਼ ਲੈ ਗਏ ਮੈਂ ਅੱਜ ਗੱਲ ਕਰਾਂ ਸਤਗੁਰੂ ਕਹਿੰਦੇ ਮਾਇਆ ਦੇ ਖੱਤ ਲੋਕੀ ਵਿਕਦੇ ਆਏ ਇਹ ਜਦੋਂ ਕੋਈ ਵਿਕਦਾ ਤੇ ਪਿੱਛੇ ਬਰਬਾਦੀ ਖੁੰਦੀ ਸਭ ਕਹਿੰਦੇ ਜੇ ਵਿਕਣਾ ਜੇ ਤੇ ਜ਼ਿੰਦਗੀ ਨੂੰ ਸਵਾਰਨਾ ਤੇ ਸਤਿਗੁਰੂ ਦੇ ਸਾਹਮਣੇ ਵਿਕ ਜਾਓ ਸਤਿਗੁਰੂ ਦੇ ਬਚਨ ਦੇ ਸਾਹਮਣੇ ਵਿਕ ਜਾਓ ਮਾਇਆ ਕੋਲ ਵਿਕਾਂਗੇ ਤੇ ਜਮੀਰ ਮਰਦੀ ਏ ਸਤਿਗੁਰੂ ਦੇ ਸਾਹਮਣੇ ਵਿਕੀਏ ਤੇ ਜਮੀਰ ਜਿਉਂਦੀ ਖੋ ਜਾਂਦੀ ਏ ਮਾਇਆ ਦੇ ਸਾਹਮਣੇ ਜੇ ਆਪਣੇ ਆਪ ਨੂੰ ਵੇਚਦੇ ਆ ਪਿਆਰਿਓ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰਕੇ ਜਣੇ ਖਣੇ ਤੋਂ ਗਾਲਾਂ ਮਹਿਣੇ ਤੇ ਧੱਕੇ ਪੈਂਦੇ ਕਰਨ ਬੇਜਤੀ ਖੰਦੀ ਪਰ ਕੋਈ ਸਤਿਗੁਰੂ ਦਾ ਗੁਲਾਮ ਬਣੇ ਇੱਥੇ ਵਿਕ ਜਾਵੇ ਤੇ ਸਹਿਬ ਕਹਿੰਦੇ ਨੇ ਦੋ ਜਹਾਨ ਉਹਦੀ ਉਸਤਤ ਕਰ ਦੇ ਕਹਨ ਤਾਂ ਹੀ ਤਨ ਗੁਰੂ ਨਾਨਕ ਸਾਹਿਬ ਜੀ ਹੁਕਮ ਕਰਦੇ ਪਿਆਰਿਓ ਵਿਕ ਜਾਓ ਕਿਹਦੇ ਸਾਹਮਣੇ ਵਿਕੋ ਜੇ ਵਿਕਣਾ ਹੀ ਹੈ ਤੇ ਸਤਿਗੁਰੂ ਕੋਲ ਵਿਕ ਜਾਓ ਸਤਿਗੁਰਾਂ ਦਾ ਨਾ 991 ਅੰਗ ਤੇ ਧੰ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੱਚਾ ਨੇ ਮਾਰੂ ਰਾਗ ਅੰਦਰ ਸਾਹਿਬ ਕਹਿੰਦੇ ਨੇ ਮੁੱਲ ਖਰੀਦੀ ਲਾਲਾ ਗੁਲ ਆ ਮੇਰਾ ਨਾਉ ਸੁਭਾਗਾ ਲਾਲਾ ਵੀ ਗੁਲਾਮ ਨੂੰ ਕਹਿੰਦੇ ਤੇ ਗੁਲ ਆਵੀ ਵਿਕ ਜਾਣ ਦਾ ਮਤਲਬ ਪ੍ਰਿੰਸੀਪਲ ਗੁਰਮukh ਸਿੰਘ ਉਹਨਾਂ ਨੇ ਬਹੁਤ ਪਿਆਰਾ ਜਿਹਾ ਕੀਤਾ ਹੈ ਕਹਿੰਦੇ ਸਤਿਗੁਰੂ ਦੇ ਸਾਹਮਣੇ ਜਦੋਂ ਆਪਾ ਆਪ ਆਪਾਂ ਵੇਚਣਾ ਖੁੰਦਾ ਤੇ ਉਹਦੇ ਚ ਤਿੰਨ ਚੀਜ਼ਾਂ ਨੇ ਸਾਡੇ ਕੋਲ ਜਿਹੜੀਆਂ ਸੀ ਦੇਣੀਆਂ ਖੁੰਦੀਆਂ ਨੇ ਇੱਕ ਧਨ ਹੈ ਦੁਨਿਆਵੀ ਦੌਲਤ ਇਕ ਆਤਨ ਸਰੀਰ ਤੇ ਤੀਸਰਾ ਮਨ ਗੁਰੂ ਕੇ ਪਿਆਰਿਓ ਤਿੰਨੇ ਦੇ ਕੇ ਉਸ ਤੋਂ ਬਾਅਦ ਆਪਣੀ ਮਰਜ਼ੀ ਨਹੀਂ ਰਹਿ ਜਾਂਦੀ ਪਰ ਇੱਚ ਓਕਾ ਹੈ ਨਾ ਵੱਤ ਵੱਦ ਛਾਲ ਕਿਸੇ ਦੀ ਖੁੰਦੀ ਆਪਣਾ ਧਨ ਦੇ ਸਕਦਾ ਹੈ ਗੁਰੂ ਨੂੰ ਤਨ ਦੇਣ ਤੋਂ ਇਕੰਨੀ ਕਤਰਾਂ ਦਾ ਕੌਣ ਕਿਰਪਾਨਾ ਪਾਏਗਾ ਕੌਣ ਨਹੀਂ ਮਿਹਨਤ ਕਰੇਗਾ ਠੀਕ ਹੈ ਆਪਾਂ ਪੈਸੇ ਨਾਲ ਹੀ ਸੇਵਾ ਕਰਦੇਾਂਗੇ ਤੇ ਗੁਰੂ ਦੀ ਖੁਸ਼ੀ ਲੈ ਲਾਂਗੇ ਮਨ ਦੇਣਾ ਹੋਰ ਰੋਕੈ ਮਨ ਦੇਣ ਦਾ ਮਤਲਬ ਆਪਣੀ ਮਰਜ਼ੀ ਬਿਲਕੁਲ ਖਤਮ ਅੱਜ ਤੋਂ ਬਾਅਦ ਜੋ ਸਤਿਗੁਰੂ ਕਹਿਣ ਉਹ ਕਰਨਾ ਉਹਦੇ ਵਿੱਚ ਇੱਕ ਵੀ ਕੋਈ ਖੁਜਤ ਜਾਂ ਕੋਈ ਦਲੀਲ ਜਾਂ ਆਪਣੀ ਮਰਜ਼ੀ ਨਹੀਂ ਇਹਨੂੰ ਸਮੁੱਚੇ ਰੂਪ ਵਿੱਚ ਕਹਿੰਦਾ ਆਪਾ ਵੇਚਣਾ ਆਪਣਾ ਆਪ ਹੀ ਦੇ ਦੇਣਾ ਸਤਿਗੁਰੂ ਕਹਿੰਦੇ ਜਿਹੜੇ ਵਿਕ ਜਾਂਦੇ ਨੇ ਨਾ ਉਹ ਮਨ ਵੀ ਦੇਣਦੇ ਤਨ ਵੀ ਤੇ ਧਨ ਵੀ ਉਹਨਾਂ ਕੋਲ ਆਪਣਾ ਕੁਝ ਨਹੀਂ ਪੂਰੇ ਦੇ ਪੂਰੇ ਸਮਰਪਿਤ ਹੋ ਜਾਂਦੇ ਨੇ ਫਿਰ ਪਿਆਰਿਓ ਤਨ ਤੇ ਮਨ ਕੋਈ ਵਿਰਲੇ ਦਿੰਦੇ ਨੇ ਅੱਜ ਵੀ ਨਾਮੇ ਸਤਿਗੁਰਾਂ ਨੇ ਬਚਨ ਕੀਤਾ ਹੈ ਜਾਂ ਨਾਨਕ ਕੋਟਨ ਮੈਂ ਕਿਨ ਹੂੰ ਕਰੋੜਾਂ ਚੁੱਕ ਇੱਕ ਅਧਖ ਹੈ ਜਿਹੜੇ ਗੁਰਮੁਖ ਹੋਏ ਪਛਾਨਾ ਸਤਿਗੁਰੂ ਦੇ ਸੰਮੁਖ ਹੋ ਕੇ ਆਪਣਾ ਆਪ ਵੇਚ ਦਿੰਦੇ ਨੇ ਇਹ ਔਖਾ ਹੈ ਪਰ ਸਤਿਗੁਰੂ ਕਹਿੰਦੇ ਦਾ ਲਾਭ ਕਿੰਨਾ ਵੱਡਾ ਹੈ ਇਕ ਬਚਨ ਕਹਿ ਕੇ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਇੱਕ ਬਚਨ ਦੀ ਸਾਂਝ ਪਾਣ ਚਾਉਣਾ ਜਿੱਥੋਂ ਪਤਾ ਲੱਗੇ ਜਦੋਂ ਕੋਈ ਸਤਿਗੁਰੂ ਦੇ ਸਾਹਮਣੇ ਵਿਕਦਾ ਏ ਤੇ ਉਹਦੀ ਜ਼ਿੰਦਗੀ ਕਿਵੇਂ ਖੁਸ਼ੀਆਂ ਨਾਲ ਉਤਸ਼ਾਹ ਨਾਲ ਚਾਵਾਂ ਨਾਲ ਸਤਿਗੁਰੂ ਭਰ ਦਿੰਦੇ ਨੇ ਦੁਨੀਆ ਵਿੱਚ ਤਾਂ ਨਹੀਂ ਨਾ ਕਿਦੜੇ ਹੋਏਗਾ ਵੀ ਤੁਸੀਂ ਗੁਲਾਮ ਅਖਵਾਓ ਤੇ ਤੁਹਾਡੇ ਅੰਦਰ ਉਤਸ਼ਾਹ ਚ ਰਹੇ ਉਥੇ ਤੇ ਉਦਾਸੀ ਹੈ ਸਦਾ ਆਲੇ ਦੁਆਲੇ ਚ ਉਹ ਵੇਖ ਕੇ ਬੰਦਾ ਅੰਦਰੇ ਅੰਦਰ ਖਿਜਦਾ ਹੈ ਸ਼ਰਮਿੰਦਗੀ ਮਹਿਸੂਸ ਕਰਦਾਏ ਪਰ ਸਤਗੁਰੂ ਦੀ ਗੁਲਾਮੀ ਵਿੱਚ ਇੱਕ ਨਵੀਂ ਤਰ੍ਹਾਂ ਦਾ ਚਾਤੇ ਖੇੜਾ ਹੁੰਦਾ ਹੈ ਗੱਲ ਕਰਨ ਲੱਗੇ ਸਾਂ ਪਿਆਰਿਓ ਤਨ ਮਨ ਤਨ ਤਿੰਨੇ ਚੀਜ਼ਾਂ ਦੇਣੀਆਂ ਔਖੀਆਂ ਤੇ ਕਹਿ ਆਪਣੀ ਮਰਜ਼ੀ ਨੂੰ ਤਿਆਗਣਾ ਪਰ ਜਿਹਨੇ ਦੇ ਦਿੱਤੀਆਂ ਉਹਦੇ ਬਦਲੇ ਕੀ ਦਿੰਦੇ ਨੇ ਸਤਗੁਰੂ ਜੀ ਇਹਡੀਆਂ ਵੱਡੀਆਂ ਬਖਸ਼ਾ ਕਮਾਲ ਦਾ ਬਚਨ ਹੈ ਬਾਬਾ ਫਰੀਦ ਸਾਹਿਬ ਜੀ ਦਾ ਉਹ ਕਹਿੰਦੇ ਆਪ ਸਵਾਰੈ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਖੇ ਸਭ जग ਤੇਰਾ ਹੋਏ ਸਾਰਾ ਜਗ ਤੇ ਤੇਰਾ ਬਣਾ ਦੇ ਅੰਗਾ ਜੇ ਤੂੰ ਮੇਰਾ ਹੋ ਜਾਵੇਂ ਪਿਆਰਿਓ ਸਤਗੁਰੂ ਕਹਿੰਦੇ ਜੇ ਵਿਕਣਾ ਜੇ ਤੇ ਵਿਕ ਜਾਓ ਗੁਰੂ ਕੇ ਬਚਨ ਦੇ ਸਾਹਮਣੇ ਮਾਰੂਰ ਆਗੇ ਵਿੱਚ ਬੱਚੇ ਨੇ ਸਹਿਬ ਕਹਿੰਦੇ ਨੇ ਮੁੱਲ ਖਰੀਦੀ ਲਾਲਾ ਗੋਲ ਅਮੀ ਆ ਨਾਉਸ ਭਾਗਾ ਮੈਂ ਗੁਰੂ ਦੇ ਬਚਨ ਦੇ ਸਾਹਮਣੇ ਨਾ ਵਿਕ ਚੁੱਕਾ ਵਾਂ ਖਰੀਦਿਆ ਗਿਆ ਕਾ ਹੁਣ ਮੈਂ ਗੁਲਾਮ ਆ ਲਾਲਾ ਗੋਲਾ ਪਰ ਮੈਨੂੰ ਮਾਣ ਏ ਮੈਂ ਭਾਗਾ ਵਾਲਾ ਵਾਂ ਲੋਕ ਵੀ ਮੈਨੂੰ ਇਹ ਨਹੀਂ ਕਹਿੰਦੇ ਇਹ ਤੇ ਗੁਰੂ ਦਾ ਗੁਲਾਮ ਧੱਕੇ ਖਾਂਦਾ ਫਿਰਦਾ ਨਹੀਂ ਲੋਕਾਂ ਦੀ ਨਿਗਾਹ ਵਿੱਚ ਵਿਦਵਾਨਲੇ ਬੰਦ ਜਿੱਥੇ ਸਤਕਰਾਂ ਦੀ ਵਡਿਆਈ ਜਦੋਂ ਕੋਈ ਸਿੱਖ ਉਹਨਾਂ ਦੀ ਸੇਵਾ ਵਿੱਚ ਖਾਜ਼ਰ ਹੁੰਦਾ ਹੈ ਤੇ ਜਗਤ ਉਹਨੂੰ ਬੜੇ ਸਤਕਾਰ ਭਰੀਆਂ ਨਿਗਾ ਨਾਲ ਵੇਖਦਾ ਹੈ ਕਹਿੰਦੇ ਮੇਰਾ ਨਾਉ ਸੁਪਾਗਾ ਮੇਰੇ ਭਾਗ ਜਾਗ ਭੈ ਕਿਉਂਕਿ 84 ਲੱਖ ਜੂਨ ਧੁਣ ਮੈਂ ਮੁਕਤ ਹੋ ਜਾਣਾ ਹੈ ਦੁਨੀਆ ਰਾਤ ਨੂੰ ਚਿੰਤਾ ਵਿੱਚ ਸੌਂਦੀ ਮੈਂ ਕਿਸੇ ਆਨੰਦ ਵਿੱਚ ਖਾਂ ਸਾਈਬਾਂ ਦਾ ਬੱਚੇ ਨੇ ਗੁਰ ਕੀ ਬਚਨੀ ਖਾਟ ਵਿਕਾਨਾ ਗੁਰੂ ਕੇ ਬਚਨਾ ਦੀ ਖੱਟੀ ਦੁਕਾਨ ਤੇ ਵਿਕ ਜਾਓ ਜੋ ਸਤਿਗੁਰੂ ਕਹਿਣ ਫਿਰ ਉਹਦੇ ਸਾਹਮਣੇ ਕੋਈ ਦਲੀਲ ਨਹੀਂ ਕਈ ਵਾਰ ਜੇ ਵੇਖੋ ਨਾ ਇਤਿਹਾਸ ਨੂੰ ਜਦੋਂ ਕੁਝ ਲੋਕ ਤੋੜ ਮਰੋੜ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਖਤਰਾ ਏ ਭਈ ਜੋ ਸਤਿਗੁਰੂ ਕਹਿਣ ਪਲਾਉ ਕਿਵੇਂ ਹੋ ਸਕਦਾ ਹੈ ਬੰਦੇ ਨੂੰ ਅਕਲ ਨਹੀਂ ਆਪਣੀ ਵਰਤਣੀ ਚਾਹੀਦੀ ਆਪਣੀ ਮਤ ਨਹੀਂ ਵਰਤਨੀ ਚਾਹੀਦੀ ਰੂਖਾਨੀਅਤ ਦੀਆਂ ਉੱਚੀਆਂ ਖੇਡਾਂ ਨੂੰ ਜੇਕਰ ਕੇਵਲ ਬਾਹਰੀ ਗਿਆਨ ਨਾਲ ਤੋਲਾਂਗੇ ਤੇ ਤੋਖਾ ਖੋਏਗਾ ਹੀ ਹੋਏਗਾ ਕਈ ਵਾਰ ਤੇ ਕੁਝ ਲੋਕ ਯਤਨ ਕਰਦੇ ਨੇ ਇਤਿਹਾਸ ਵਿੱਚੋਂ ਜਿਹੜੀਆਂ ਪਿਆਰ ਵਾਲੀਆਂ ਸਾਖੀਆਂ ਨੇ ਜਿਨ੍ਹਾਂ ਤੋਂ ਮਹਾਰਾਜ ਜੀ ਦੀ ਰੂਖਾਨੀਅਤ ਦੀ ਝਲਕ ਪੈਂਦੀ ਤੇ ਅਸਾਂ ਸੇਧ ਲੈਣੀ ਖੁੰਦੀ ਉਹਨਾਂ ਲਈ ਇਹ ਕੇਵਲ ਤੇ ਕੇਵਲ ਇੱਕ ਝੂਠੇ ਜਾਵੇਂ ਬੱਚਿਆਂ ਵਾਲੀਆਂ ਗੱਲਾਂ ਨੇ ਸਤਸੰਗਿਓ ਹਾਂ ਮਹਾਰਾਜ ਖੁਦ ਕਹਿੰਦੇ ਆਪਣੀ ਮਰਜ਼ੀ ਨਹੀਂ ਗੁਰ ਕੀ ਬਚਨੀ ਖਾਟ ਬਿਕਾਨਾ ਜਿੱਤ ਲਾਇਆ ਤਿਤ ਲਾਤਾ ਜਿੱਥੇ ਵੀ ਲਾ ਲੱਗਣਾ ਹੈ ਇਹੀ ਫਰਕ ਦਿਖਾਇਆ ਸੀ ਨਾ ਜਦੋਂ ਝੰਡ ਤੇ ਚੜਨ ਦੀ ਹੁਕਮ ਕੀਤਾ ਸੀ ਬਾਕੀ ਡੋਲ ਗਏ ਸਿਆਣਪਾਂ ਵਾਲੇ ਰਹਿ ਗਏ ਪਰ ਜਿਹੜਾ ਉਸ ਦਰ ਤੇ ਗੁਲਾਮ ਸੀ ਵਿਕਿਆ ਉਹ ਝੰਡ ਦੇ ਰੁਖ ਤੇ ਚੜਿਆ ਤੇ ਧੰ ਗੁਰੂ ਨਾਨਕ ਸਾਹਿਬ ਦੇ ਤਖਤ ਤੇ ਵੀ ਉਹੀ ਬੈਠਾ ਸੀ ਜੇ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਨੇ ਸੀਸ ਮੰਗੇ ਤੇ ਅਕਲ ਨੇ ਕਿਹਾ ਸੀ ਲੈ ਮਰਨਾ ਹੀ ਭਲਾ ਕਿਸੇ ਜੰਗ ਵਿੱਚ ਸਤਿਗੁਰੂ ਮਾਰ ਦੇਣ ਦੇ ਚਲੋ ਗੱਲ ਵੀ ਬਣਦੀ ਵੈਸੀ ਸਿਰ ਲਾਈ ਜਾਣੇ ਅਕਲ ਬੋਲ ਪਈ ਜਿਨ੍ਹਾਂ ਦੀ ਅਕਲ ਨਾ ਬੋਲੀ ਉਹਨਾਂ ਵਿੱਚ ਸਤਿਗੁਰੂ ਪਰਮੇਸ਼ਰ ਖੁਦ ਆਪ ਬੋਲੇ ਕਹਿੰਨੇ ਮੇਰਾ ਰੂਪ ਨੇ ਇਹਨਾਂ ਦਾ ਅਦਬ ਰਹੀਂਦੀ ਦੁਨੀਆ ਤੱਕ ਹੋਏ ਤਾਂ ਪੰਜਾਂ ਦਾ ਸਾਥ ਸੰਗਤ ਔਖੀ ਖੇੜ ਤੇ ਕਹ ਪਰ ਸਤਿਗੁਰੂ ਕਹਿੰਦੇ ਇਹ ਲੱਗਦੀ ਔਖੀ ਕਿਉਂਕਿ ਸਾਈਡ ਤੋਂ ਖਲੋਕ ਕੇ ਵੇਖ ਰਹੇ ਆ ਜੇ ਕਿਦਰ ਉਹਦੇ ਗੁਲਾਮ ਬਣ ਜਾਈਏ ਜਿਹੜੇ ਬਣੇ ਨੇ ਉਹਨਾਂ ਨੂੰ ਪੁੱਛੋ ਉਹਨਾਂ ਦੇ ਅੰਦਰ ਕੋਈ ਗਿਲਾ ਤੇ ਸ਼ਿਕਵਾ ਨਹੀਂ ਮਾਇਆ ਲੈ ਕੇ ਜਿਹੜੇ ਕਿਸੇ ਬੰਦੇ ਕੋਲ ਵਿਕਦੇ ਨੇ ਉਹਨਾਂ ਦੀ ਜ਼ਿੰਦਗੀ ਗਿਲੇ ਤੇ ਸ਼ਿਕਵਿਆਂ ਨਾਲ ਭਰੀ ਹੋਏਗੀ ਪੈਰ ਪੈਰ ਤੇ ਦਰਦੇ ਨਹੀਂ ਬੋਲਣਗੇ ਪਰ ਅੰਦਰ ਉਹਨਾਂ ਦਾ ਮਰਿਆ ਮੁਰਝਾਇਆ ਪਰ ਇੱਛੇ ਕਿੰਨਾ ਚਾਹੀ ਸਤਿਗੁਰੂ ਜੀ ਦੇ ਬਚਨ ਬੜੇ ਪਿਆਰੇ ਨੇ ਕਹਿੰਦੇ ਤੇਰੇ ਲਾਲੇ ਕਿਆ ਚਤੁਰਾਈ ਸਹਬ ਕਾ ਹੁਕਮ ਨਾ ਕਰ ਨਾ ਜਾਏ ਏ ਸਹਬਾ ਜੋ ਤੁਸੀਂ ਹੁਕਮ ਕਰਦੇ ਹੋ ਨਾ ਜਿਵੇਂ ਮੈਨੂੰ ਤੁਹਾਡਾ ਹੁਕਮ ਮੰਨਣਾ ਚਾਹੀਦਾ ਮੈਨੂੰ ਸਮਝੀ ਥੋੜੀ ਮੈਨੂੰ ਅਕਲ ਘਾਟੇ ਮੈਂ ਤੁਹਾਡੇ ਹੁਕਮ ਨੂੰ ਉਸ ਤਰ੍ਹਾਂ ਮੰਨ ਨਹੀਂ ਸਕਦਾ ਪਾ ਮੈਨੂੰ ਸਮਝ ਨਹੀਂ ਆਉਂਦੀ ਤੇਰੇ ਲਾਲੇ ਕਿਆ ਚਤਰਾਈ ਮੇਰੀ ਮਤ ਜਿਹੜੀ ਹੈ ਨਾ ਬੜੀ ਥੋੜੀ ਹੈ ਮੈਂ ਸੋਜੀਵਾਨ ਨਹੀਂ ਮੇਰੇ ਕੋਲ ਨਹੀਂ ਅਕਲ ਨਹੀਂ ਕਿ ਮੈਂ ਤੁਹਾਡੇ ਹੁਕਮ ਨੂੰ ਖੂਬ ਹੂਕੂ ਮੰਨਾ ਜਿਵੇਂ ਤੁਸੀਂ ਚਾਹੁੰਦੇ ਹੋ ਕਈ ਵਾਰਾਂ ਤੁਸੀਂ ਚਾਹੁੰਦੇ ਕੁਝ ਖੋਰ ਮੇਰੇ ਤੋਂ ਕੁਝ ਖੋਰ ਹੋ ਜਾਂਦਾ ਹੈ ਇਹ ਹੀ ਫਰਕ ਦਿਖਾਇਆ ਸੀ ਤਨ ਗੁਰੂ ਅਮਰਦਾਸ ਪਿਤਾ ਜੀ ਕਹਿੰਦੇ ਛੜੇ ਬਣਾਓ ਪਰ ਦੋਨੋ ਦਾਮਾਦ ਨੇ ਭਾਈ ਰਾਮਾ ਜੀ ਭਾਈ ਜੇਟਾ ਜੀ ਭਾਈ ਰਾਮਾ ਜੀ ਦੋ ਚਾਰ ਵਾਰੀ ਬਣਾ ਕੇ ਬੋਲ ਪਏ ਆਪਣੀ ਸਿਆੜ ਕਿਉਂਕਿ ਆਪਾ ਅੰਦਰੋਂ ਨਹੀਂ ਸੀ ਅਜੇ ਦਿੱਤਾ ਕੋਇਆ ਵਿਕੇ ਨਹੀਂ ਕਹਿਣ ਅਜੇ ਕੁਝ ਆਪਣੇ ਕੋਲ ਬਚਾ ਕੇ ਵੀ ਰੱਖਿਆ ਹੈ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਜੀਓ ਛੜਾ ਤੇ ਸੋਨਾ ਬਣਿਆ ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਪਸੰਦ ਆਉਂਦਾ ਮਤਲਬ ਤੁਹਾਨੂੰ ਤੁਹਾਡੀ ਮਤ ਵਿੱਚ ਕੋਈ ਫਰਕ ਏ ਮੇਰੀ ਮਤ ਠੀਕ ਏ ਪਰ ਭਾਈ ਜੇਠਾ ਜੀ ਨੇ ਤੇ ਬਚਨ ਨਹੀਂ ਕਹੇ ਉਸ ਅਗੋ ਖਿਮਾ ਮੰਗਦੇ ਨੇ ਸਤਿਗੁਰੂ ਤੁਹਾਨੂੰ ਇੱਕੋ ਹੁਕਮ ਕਿੰਨੀ ਵਾਰੀ ਕਰਨਾ ਪਿਆ ਮੇਰੀ ਮਾਤੀ ਥੋੜੀ ਮੇਰੇ ਤੁਮੇ ਨੂੰ ਸਮਝ ਹੀ ਨਹੀਂ ਆਉਂਦੀ ਜਿਵੇਂ ਤੁਸੀਂ ਚਾਹਦੇ ਹੋ ਮੈਂ ਬਿਲਕੁਲ ਉਸੇ ਤਰ੍ਹਾਂ ਦਾ ਛੜਾ ਬਣਾਵਾਂ ਨਹੀਂ ਮੇਰੇ ਤੋਂ ਇਹ ਪਤਾ ਨਹੀਂ ਮੇਰੀ ਮਤ ਛੋੜੀ ਮੈਨੂੰ ਸਮਤ ਦਿਓ ਜਿਵੇਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਮੈਂ ਕਰ ਸਕਾਂ ਪਿਆਰਿਓ ਅਗਲੇ ਬੜੇ ਪਿਆਰੇ ਬੱਚੇ ਨੇ ਕਈ ਵਾਰਾ ਇਹਨਾਂ ਨੂੰ ਜਦੋਂ ਸ਼ਬਦ ਸਹਿਜ ਪਾਠ ਜਾਂ ਖੰਡ ਪਾਠ ਸੈਭਰਾਂ ਹੀ ਸੁਣੀਂਦਾ ਹੈ ਤੇ ਉਦੋਂ ਜਿਗਿਆਸੂ ਕਹਿੰਦੇ ਮਹਾਰਾਜ ਕਿੰਨੂੰ ਕਹਿ ਰਹੇ ਨੇ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲ ਆਗਾ ਐ ਭਗਤ ਕਰੋ ਤੇਰੀ ਰਾਯਾ ਮਤਲਬ ਕਹੇ ਲਾਲੀ ਮਾਂ ਲਾਲੀ ਪਿਓ ਲਾਲਾ ਕੀਖ ਹੈ ਪਿਆਰੋ ਜਿਹੜੀ ਸਾਡੀ ਮਾਤ ਹੈ ਪਹਿਲਾਂ ਤੇ ਸਾਡੇ ਕੋਲ ਸੀ ਨਾ ਜਿਹੜੀ ਦੁਨੀਆ ਤੋਂ ਲਿਮਾਪਿਆ ਤੋਂ ਹੁਣ ਕਹਿੰਦੇ ਨੇ ਜਿਹੜੀ ਮੇਰੀ ਮਾਤ ਤੇ ਮੈਨੂੰ ਸਤਿਗੁਰੂ ਨੇ ਜਿਹੜੀ ਦਿੱਤੀ ਹੈ ਨਾ ਮਤ ਮੈਂ ਉਹਨੂੰ ਮਾਂ ਦੀ ਤਰ੍ਹਾਂ ਪਿਆਰ ਕਰਦਾ ਵਾਂ ਆਪਣੀ ਮਰਜ਼ੀ ਨਹੀਂ ਸਤਿਗੁਰੂ ਵੱਲੋਂ ਮਿਲੀ ਕੋਈ ਮਤ ਉਹ ਮੇਰੀ ਮਾਂ ਜਿਵੇਂ ਮਾਂ ਜੋ ਕੁਝ ਕਹੇ ਬੱਚੇ ਨੂੰ ਪਤਾ ਹੈ ਨਾ ਮਾਂ ਕਦੇ ਵੀ ਬੱਚੇ ਦਾ ਬੁਰਾਈ ਸੋਚ ਦੀ ਉਹਨੇ ਸਵਾਰ ਨਾ ਸ਼ਿੰਗਾਰ ਨਾ ਗੁਣਾ ਵਾਲਾ ਬਣਾਣਾ ਕਿੰਨੇ ਮੇਰੀ ਮਤਕੁਣ ਜਿਹੜੀ ਸਤਿਗੁਰੂ ਵੱਲੋਂ ਮਿਲੀ ਮੇਰੀ ਮਾਂ ਦੀ ਤਰ੍ਹਾਂ ਕੰਮ ਕਰਕੇ ਮੈਨੂੰ ਖਮੇਸ਼ਾ ਬੁਰਾਈਆਂ ਤੋਂ ਬਚਾ ਰੱਬ ਦੇ ਨੇੜੇ ਕਰਦੀ ਰੱਬ ਦਾ ਪ੍ਰੇਮ ਦੇਂਦੀ ਮੈਨੂੰ ਮਾਂ ਦੀ ਤਰ੍ਹਾਂ ਇਹ ਮੇਰੀ ਹੁਣ ਮੇਰੇ ਅੰਦਰ ਇਹਨੂੰ ਮੈਂ ਸਵੀਕਾਰ ਕਰਦਾ ਇਹ ਗੁਲਾਮ ਹੈ ਮਾਂ ਲਾਲੀ ਮੇਰੀ ਹੁਣ ਮਤ ਜਿਹੜੀ ਆਪਣੀ ਸੁਣੋ ਨਹੀਂ ਉਸ ਮਹਾਰਾਜ ਦੀ ਵੱਲੋਂ ਮਿਲੀ ਹੋਈ ਇਹ ਹੁਣ ਗੁਲਾਮ ਬਣ ਕੇ ਉਹ ਦਰਜਾਂ ਦੀ ਪਿਓ ਲਾਲਾ ਸੰਤੋਖ ਕੋਈ ਇੱਛਾ ਨਹੀਂ ਰਹੇਗੀ ਰੱਜ ਜਾਂਦਾ ਗੁਰੂ ਦਾ ਗੁਲਾਮ ਪਿਆਰੂ ਕਹਿੰਦੇ ਸੰਤੋਖ ਪਿਤਾ ਜਿਹਦੇ ਸਿਰ ਤੇ ਬਾਪ ਹੋਵੇ ਉਹਨਾਂ ਬੱਚਿਆਂ ਨੂੰ ਪਤਾ ਹੈ ਕਿ ਕਿੰਨੇ ਰੱਜੇ ਪੁੱਜੇ ਜੇ ਮਹਿਸੂਸ ਕਰਦੇ ਕਹਿੰਦੇ ਹੁਣ ਮੇਰਾ ਅੰਦਰ ਰੱਜਿਆ ਰੱਜਿਆ ਪਿਆਰੂ ਬਾਹਰੋਂ ਤਾਂ ਸੇਵਾ ਕਰਨ ਵਾਲਿਆਂ ਕੋਲ ਕਈ ਵਾਰ ਤਿੰਨ ਕੱਪੜੇ ਹੁੰਦੇ ਨੇ ਖਾਲੀ ਹੱਥ ਨੇ ਪਰ ਅੰਦਰ ਉਹਨਾਂ ਦਾ ਪਰਿਆ ਚਿਹਰੇ ਤੇ ਜਿਵੇਂ ਇਹਨਾਂ ਕੋਲ ਬਹੁਤ ਸਾਰੀ ਤਨ ਦੌਲਤ ਹੋਵੇ ਕਹਿੰਦੇ ਸੰਤੋਖ ਪਿਤਾ ਬਣ ਗਿਆ ਹੈ ਮਾਂ ਲਾਲੀ ਪਿਓ ਲਾਲ ਅਮੀਰ ਮੇਰੇ ਅੰਦਰ ਕੋਈ ਇੱਛਾ ਨਹੀਂ ਗੁਲਾਮ ਹੈ ਨਾ ਮੈਂ ਮੇਰਾ ਅੰਦਰ ਗੁਰੂ ਦਾ ਗੁਲਾਮ ਪਰ ਗੁਲਾਮੀ ਵਿੱਚ ਸੰਤੋਖ ਆ ਗਿਆ ਇਹਨਾਂ ਦੋ ਚੀਜ਼ਾਂ ਤੋਂ ਗੁਰੂ ਵੱਲੋਂ ਮਿਲੀ ਮੱਤ ਤੇ ਸੰਤੋਖ ਵਿੱਚੋਂ ਹੁਣ ਮੇਰਾ ਜਨਮ ਏ ਇਹ ਜੀਵਨ ਕਹਿੰਦੇ ਦੁਨੀਆ ਨੂੰ ਸਮਝ ਨਹੀਂ ਆਉਣਾ ਲਾਲੀ ਨਾਚੈ ਲਾਲਾ ਗਾਵੇ ਲਾਲੀ ਮਾਂ ਲਾਲੀ ਸੀਨਾ ਕਹਿੰਦੇ ਜਿਉਂ-ਜਿਉਂ ਮੈਂ ਗੁਰੂ ਦਾ ਹੁਕਮ ਮੰਨ ਕੇ ਇਹਦੀ ਗੁਲਾਮੀ ਕਰਦਾ ਨਾ ਤੇ ਮੇਰੇ ਅੰਦਰ ਮੇਰੀ ਮਤ ਉਤਸ਼ਾਹ ਨਾਲ ਨੱਚਦੀ ਖੁਸ਼ ਹੁੰਦੀ ਜਿਵੇਂ ਅੰਦਰ ਕੋਈ ਡਾਂਸ ਚੱਲ ਏ ਨੇ ਸੱਚਮੁੱਚ ਜਪਣ ਵਾਲੀਆਂ ਰੂਹਾਂ ਦੱਸਦੀਆਂ ਜਦੋਂ ਅੰਦਰੋਂ ਸਤਿਗੁਰੂ ਪਰਮੇਸ਼ਰ ਉਹਨਾਂ ਨੂੰ ਭਾਗ ਲਾਉਂਦੇ ਉਹਨਾਂ ਦੇ ਅੰਦਰ ਨੱਚਦਾ ਏ ਬੜੇ ਪਿਆਰਾਂ ਨਾਲ ਝੂਮਦਾ ਏ ਲਾਲੀ ਨਾਚੇ ਲਾਲ ਆਗਾਵੇ ਕਹਿੰਦੇ ਅੰਦਰੋਂ ਸ਼ੁਕਰਾਂ ਦੇ ਗੀਤ ਨਿਕਲਦੇ ਨੇ ਰਜ ਰਜ ਕੇ ਭਈ ਇੰਨਾ ਕੁਝ ਤੁਸਾਂ ਮੈਨੂੰ ਦੇ ਦਿੱਤਾ ਹੈ ਭਗਤ ਕਰੂੰ ਤੇਰੀ ਰਾয়া ਉਹਨਾਂ ਪਰਮੇਸ਼ਰ ਨੂੰ ਆਪਣਾ ਰਾਜਨ ਜਾਣ ਕੇ ਉਤਸ਼ਾਹ ਵਿੱਚ ਰਹਿੰਦੇ ਸਦਾ ਨਵਾਂ ਉਤਸ਼ਾਹ ਨਵੇਂ ਨਰੋਏ ਜਿਵੇਂ ਕਦੇ ਉਦਾ ਅਜੇ ਕੇ ਦਿਨ ਰਾਤ ਇਹਨਾਂ ਨੂੰ ਆਰਾਮ ਵੀ ਨਹੀਂ ਮਿਲਦਾ ਸਤਿਗੁਰੂ ਨੇ ਲਾਈ ਰੱਖਣਾ ਹੁੰਦਾ ਦਿਨੇ ਵੀ ਰਾਤ ਵੀ ਕਦੇ ਚੈਨ ਨਾਲ ਨਹੀਂ ਬਹਿਣ ਦੇਣਾ ਸੋਚੋ ਜਰਾ ਗੁਰੂ ਅਮਰਦਾਸ ਪਿਤਾ ਦੀ ਵਡੇਰੀ ਉਮਰ ਵਿੱਚ ਵੀ ਗੁਰੂ ਅੰਗਦ ਸਾਹਿਬ ਕਦੇ ਪਾਣੀ ਢੋਣ ਨੂੰ ਕਹਿੰਦੇ ਇਤਨੀ ਦੂਰੋਂ ਫਿਰ ਲੰਗਰਾਂ ਦੀ ਸੇਵਾ ਵਿੱਚ ਆਰਾਮ ਤੇ ਸੌਣ ਦਾ ਤੇ ਕੋਈ ਟਾਈਮ ਹੀ ਨਹੀਂ ਹੋਏਗਾ ਪਰ ਅੰਦਰ ਉਤਸ਼ਾਹ ਪੂਰਾ ਜਿਵੇਂ ਕੋਣੇ ਪਹਿਲੀ ਵਾਰ ਹੀ ਗੁਰੂ ਸਾਹਿਬ ਨੇ ਹੁਕਮ ਕੀਤਾ ਕੋਈ ਮੰਗ ਨਹੀਂ ਕੇਵਲ ਮੰਗ ਕਾ ਦੀ ਜਦੋਂ ਮੈਂ ਆਪਾ ਹੀ ਮੇਰਾ ਕਾਏ ਨਹੀਂ ਤੇ ਕਿਹਦੇ ਲਈ ਮੰਗਣਾ ਕਹਿੰਦੇ ਲਾਲੀ ਨਾਚੈ ਲਾਲ ਆਗਾਵੈ ਸੰਤੋਖ ਅੰਦਰੂਖ ਰਜਾਈ ਰੱਖਦਾ ਪੂਰਾ ਪਰਸਾਨ ਇੱਕ ਪਾਸੇ ਕੁੱਲ ਦੁਨੀਆ ਵੀ ਕੋਈ ਦੇ ਦੇਵੇ ਤੇ ਉਹਦੇ ਬਦਲੇ ਆ ਅੰਦਰ ਜਿਹੜਾ ਸੁੱਖ ਏ ਇਹਨੂੰ ਕੋਈ ਆਖੇ ਪਈ ਦੇ ਦੇ ਕੋਈ ਬੰਦਾ ਗੁਰੂ ਦਾ ਬਖਸ਼ਿਆ ਕਦੇ ਸੌਦਾ ਕਰੇਗਾ ਹੀ ਨਹੀਂ ਕਹੇਗਾ ਤਾਂ ਮੁੱਲ ਖੇ ਹੀ ਨਹੀਂ ਦੁਨੀਆ ਵਿੱਚ ਉਹ ਤੇ ਕਵੇਗਾ ਮੈਂ ਕੁੱਲ ਦੁਨੀਆ ਨੂੰ ਵਾਰ ਸੁੱਟਾਂ ਪਿਆਰੇ ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬੱਚਾ ਨੇ ਬਹੁਤ ਪਿਆਰਾ ਉਹ ਕਹਿੰਦੇ ਸਵਰਗ ਵਿੱਚ ਸਾਰੇ ਸੁੱਖ ਮੰਨੇ ਗਏ ਨੇ ਨਾ ਕਹਿੰਦੇ ਮੈਂ ਇੱਕ ਪਾਸੇ 1000 ਸੁਰਗ ਮੈਨੂੰ ਕੋਈ ਦੇਵੇ ਦੁਨੀਆ ਵਿੱਚ ਤਾਂ ਇੱਕ ਘੜੀ ਦਾ ਮੁੱਲ ਹੈ ਨਾ ਸਵਰਗ ਦਾ ਕਹਿੰਦੇ 1000 ਸੁਰਗ ਦਾ ਮੁੱਲ ਨਾ ਪਾਵਾਂ ਜੋ ਦਾ ਅੱਧਾ ਦਾਣਾ ਮੇਰੇ ਲਈ ਉਹਦਾ ਜੋ ਦਾ ਅੱਧਾ ਦਾਣਾ ਵੀ ਕੀਮਤ ਨਹੀਂ ਕਿਉਂਕਿ ਉਸ ਰਹੀ ਖੂਨ ਹੀ ਸਕਦਾ ਗਲੀ ਯਾਰ ਤੱਕ ਜਾਣਾ ਮੈਨੂੰ ਤਾਂ ਮੈਂ ਆਪਣੇ ਯਾਰ ਰੱਬ ਕੋਲ ਜਾਣਾ ਮੈਨੂੰ ਤੋ ਚੀ ਚਾਹੀਦੀ ਜੇ ਤੋ ਗੁਰੂ ਦਾ ਕੋਈ ਗੁਲਾਮ ਬਣਦਾ ਨਾ ਤੇ ਮਹਾਰਾਜ ਅੰਦਰੋਂ ਜਿਹੜੇ ਭਾਗ ਲੰਦੇ ਇਹਨੇ ਸਾਧ ਸੰਗਤ ਉਹ ਕਮਾਲ ਦੇ ਰੱਜਿਆ ਪੁੱਜਿਆ ਸਦਾ ਉਤਸ਼ਾਹ ਦੇ ਅੰਦਰ ਫਿਰ ਭਗਤੀ ਕਰਦਾ ਏ ਕਿਸੇ ਚਾਹਵ ਨਾਲ ਕਹਿੰਦੇ ਪੀਏ ਤਾ ਪਾਣੀ ਆਣੀ ਮੀਰਾ ਕਹੀਂ ਤਾ ਪੀਸਣ ਜਾਉ ਸਤਿਗੁਰਾਂ ਦੇ ਬਚਨ ਨੇ ਬੜੇ ਪਿਆਰੇ ਕਹਿੰਦੇ ਜਦੋਂ ਗੁਰੂ ਦੇ ਗੁਲਾਮ ਹੋਈਏ ਨਾ ਤੇ ਉਹ ਗੁਲਾਮ ਉਡੀਕਦਾ ਰਹਿੰਦਾ ਇੱਕ ਸੇਵਾ ਮੁੱਕੀ ਮੈਂ ਹੁਣ ਹੋਰ ਕੀ ਕਰਾਂ ਜੇ ਸਾਹਿਬ ਤੁਸੀਂ ਆਖੋ ਪਾਣੀ ਭਰਨੂ ਤੇ ਮੈਂ ਪਾਣੀ ਭਰਾਂਗਾ ਮੀਰਾ ਦਾ ਮਤਲਬ ਏ ਮੇਰੇ ਬਾਦਸ਼ਾਹ ਮੈਨੂੰ ਤੇਰੇ ਦਰ ਤੇ ਪਾਣੀ ਢੋਣਾ ਬਾਲਾ ਹੀ ਚੰਗਾ ਲੱਗਦਾ ਹੈ ਜੇ ਤੁਸੀਂ ਕਹੋ ਵੀ ਖਾਣ ਲਈ ਚੱਕੀ ਚਲਾ ਤਿਮ ਚੱਕੀ ਚਲਾਂ ਨੂੰ ਤਿਆਰੋਂ ਚਲਾਉਂਦੇ ਨੇ ਜਦੋਂ ਨਾ ਸੇਵਾਪੰਥ ਦੀ ਸਾਧ ਪੁਰਸ਼ ਭਾਈ ਕਨੇ ਯਾ ਸਾਹਿਬ ਆ ਜੀਵਨ ਲਿਖਦੇ ਨੇ ਤੇ ਉਹ ਲਿਖਦੇ ਨੇ ਗੁਰੂ ਕੇ ਪਿਆਰਿਓ ਉਹਨਾਂ ਦੀ ਇੱਕ ਵੱਖਰੀ ਪੁਸਤਕ ਛਪੀ ਕੋਈ ਕਹ ਤੋ ਦੇ ਵਿੱਚ ਬੜੇ ਪਿਆਰੇ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਚ ਜਦੋਂ ਗਏ ਤੇ ਸਤਪੁਰਾਂ ਨੇ ਸਹਿਜ ਇੱਕ ਬਚਨ ਕਿਹਾ ਜਲ ਦੇ ਘੜੇ ਲਿਆਓ ਜੋ ਵੀ ਸਾਧਨ ਸੰਤ ਤੇ ਇਥੇ ਸੰਗਤ ਲਈ ਢਕਾਓ ਕਰੋ ਤੇ ਕੁਛ ਲੰਗਰ ਚ ਪਾਣੀ ਚਾਹੀਦਾ ਬਸ ਇਹ ਚਾਹ ਸੀ ਪੂਰੀ ਤਿਆਰੀ ਨਾਲ ਗਏ ਸਨ ਜਾਂਦਿਆਂ ਸਰ ਆਪਾਂ ਵਿਕਿਆ ਹੋਇਆ ਸੀ ਕੋਈ ਇਨੀ ਪੀ ਮਹਾਰਾਜ ਕੋਈ 4 ਦਿਨ ਬੈਠ ਤੇ ਲੈਣ ਦਿਓ ਉਪਦੇਸ਼ ਕੋਈ ਦੇ ਦਿਓ ਕੋਈ ਜੁਗਤੀਆਂ ਦੱਸੋ ਜਿਹੜੇ ਬੰਦੇ ਜੁਗਤੀਆਂ ਸੁਗਤੀਆਂ ਪੁੱਛਣ ਤੇ ਰਹਿੰਦੇ ਉਹਨਾਂ ਬਹੁਤੀ ਵਾਰੀ ਕਰਨਾ ਕੁਛ ਨਹੀਂ ਹੁੰਦਾ ਕਰਨ ਵਾਲਿਆਂ ਨੂੰ ਤੇ ਇੱਕ ਬਚੈ ਨਹੀਂ ਬਹੁਤ ਹੁੰਦਾ ਏ ਜਿਹਨੇ ਨਹੀਂ ਕਰਨਾ ਉਹ ਕਈ ਤਰ੍ਹਾਂ ਦੀਆਂ ਕਦੇ ਥਾਵਾਂ ਬਦਲੇਗਾ ਕਦੇ ਟੰਗ ਤਰੀਕੇ ਪੁੱਛਦਾ ਫਿਰੇਗਾ ਸਾਥ ਸੰਗਤ ਜਦੋਂ ਭਾਈ ਕਨਿਆ ਜੀ ਨੂੰ ਹੁਕਮ ਹੋਇਆ ਸੀ ਤਾਂ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਸਤਿਗੁਰੂ ਇੱਕ ਦਿਨ ਲਈ ਦੋ ਦਿਨ ਲਈ ਭਾਈ ਕਨਿਆ ਜੀ ਆਖੋ ਜੇ ਸੇਵਾ ਵਿੱਚ ਲੱਗ ਕੇ ਪਾਣੀ ਲਿਆਉਣ ਕਦੇ ਲੰਗਰ ਚ ਪਾ ਦੇਣ ਕਦੇ ਬਾਹਰ ਉਹ ਛੜਕ ਦੇਣ ਜਿੱਥੇ ਕੱਟਾ ਮਿੱਟੀ ਉੱਡਦਾ ਸੀ ਕਿਸੇ ਗੁਰਸਿੱਖਾ ਨਿਸ਼ਾਨਣ ਕਰਣਾ ਉਥੇ ਵਰਤ ਲੈਣਾ ਤਿੰਨ ਮਖੀਨੇ ਲੰਘ ਗਏ ਤਿੰਨ ਮਖੀਨੇ ਖੋ ਗਏ ਪਾਣੀ ਢੋਂਦਿਆਂ ਨੂੰ ਸਾਰਿਆਂ ਨੇ ਕਹਿਣਾ ਵਿਚਾਰਾ ਦਿਨ ਰਾਤ ਲੱਗਾ ਈ ਤੈਨੂੰ ਦੁੱਖ ਨਹੀਂ ਲੱਗਦਾ ਉਹ ਕਹਿੰਦਾ ਸੱਜਣਾ ਦੁੱਖ ਨਹੀਂ ਜਿਹਦੇ ਕੁਲ ਆਪਾ ਵੇਚਿਆ ਈ ਜੋ ਕੁਛ ਉਹ ਅੰਦਰੋਂ ਦੇ ਰਿਆ ਈ ਉਹਦੇ ਬਦਲੇ ਤੇ ਇੱਕ ਕੁਛ ਵੀ ਨਹੀਂ ਇਹ ਤਾਂ ਕੱਖ ਵੀ ਨਹੀਂ ਨਹੀਂ ਇਹ ਤਾਂ ਇੰਜ ਲੱਗਦਾ ਜਿਵੇਂ ਐਵੇਂ ਹੀ ਉਹ ਸਨੇਡੀ ਵੱਡੇ ਦਾਤ ਦੇ ਦਿੱਤੀ ਉਹ ਨਾ ਚੀਜ਼ਾਂ ਦਾ ਕੋ ਮੁੱਲ ਨਹੀਂ ਜਿਹੜੀਆਂ ਸਤਿਗੁਰੂ ਪਰਮੇਸ਼ਰ ਉਹ ਅੰਦਰੋਂ ਦਾਤਾਂ ਦੇਂਦੇ ਨੇ ਜਿਹਨੂੰ ਦਾਤ ਕਹੀਦਾ ਹੈ ਜਿਹਨੂੰ ਜੀਦਾਨ ਕਹੀਦਾ ਜਿਸ ਨੂੰ ਲੈ ਤੋਂ ਬਾਅਦ ਇਹ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ ਕਿਸੇ ਹੋਰ ਰੰਗਾਂ ਤੇ ਪਿਆਰਾਂ ਵਿੱਚ ਹੀ ਪਰ ਜਾਂਦੀ ਹੈ ਤਿੰਨ ਮਹੀਨੇ ਗੁਜਰਨ ਤੋਂ ਬਾਅਦ ਸਤਿਗੁਰੂ ਜੀ ਨੇ ਸਹਿਜੇ ਬੁਲਾ ਕੇ ਕਿਹਾ ਸੀ ਭਾਈ ਕਨਈਆ ਬਸ ਖੁਣ ਉਸ ਉਸੇ ਦਿਨ ਕੀ ਪਿਆਰਿਓ ਅੰਦਰ ਸਦਾ ਲਈ ਪਰਮੇਸ਼ਰ ਨੂੰ ਪ੍ਰਗਟ ਕਰ ਦਿੱਤਾ ਸੀ ਤਿੰਨ ਮਹੀਨੇ ਬਦਲੇ ਰੱਬ ਦਾ ਮਿਲ ਜਾਣਾ ਕਿੰਨੂ ਜਿਹੜਾ ਸਤਿਗੁਰੂ ਦੇ ਬਚਨਾਂ ਤੋਂ ਵਿੱਕ ਗਿਆ ਹੈ ਇੱਕ ਬਚਨ ਹੁੰਦਾ ਹੈ ਭਗਤ ਕਬੀਰ ਸਾਹਿਬ ਜੀ ਦਾ ਉਹ ਕਹਿੰਦੇ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ RAM ਲਿਆ ਕੈ ਮੋਲ ਕਹਿੰਦੇ ਸੋਨਾ ਦੇ ਕੇ ਰੱਬ ਨਹੀਂ ਮਿਲਿਆ ਪਰ ਮਨ ਆਪਾ ਦੇ ਕੇ ਰੱਬ ਮੈ ਲੈ ਲਿਆ ਆਪਾ ਦੇਣਾ ਤੇ ਰੱਬ ਲੈ ਲੈਣਾ ਬ੍ਰਹਮ ਕਤ ਕਤ ਅੰਤ ਨਾ ਪਾਇਆ ਕਹਿੰਦੇ ਜਿਹਨੂੰ ਬ੍ਰਹਮਾ ਵੀ ਜਪ-ਜਪ ਕੇ ਬਹਿ ਰਿਆ ਉਹਨੂੰ ਮਿਲਿਆ ਨਾ ਅਸੀਂ ਕੀ ਕੀਤਾ RAM ਭਗਤ ਬੈਠੇ ਘਰ ਆਇਆ ਮੈਂ ਅਕਾਲ ਪੁਰਖ ਨੂੰ ਦੀ ਭਗਤੀ ਨੂੰ ਘਰ ਬੈਠੇ ਹੀ ਪਾ ਲਿਆ ਕਿਉਂ ਵਿਕਣਾ ਪੈਂਦਾ ਵਿਕਣਾ ਜਿਹੜੇ ਵਿਕ ਗਏ ਬਸ ਉਹਨਾਂ ਨੂੰ ਪਿਆਰੋ ਇਹ ਨਹੀਂ ਅਗਲੇ ਜਨਮ ਉਸੇ ਵਕਤ ਹੀ ਅੰਦਰ ਅਕਾਲ ਪੁਰਖ ਦੀ ਜੋਤ ਪ੍ਰਗਟਾ ਦੇਣੀ ਉਹ ਕਰ ਦਿੱਤੀ ਧੰ ਗੁਰੂ ਨਾਨਕ ਸਾਹਿਬ ਇਹ ਬਚਨ ਨੇ ਪੱਖਾ ਫੇਰੀ ਪੈਰ ਮਲੂਆਂ ਜਪਤ ਰਹਾ ਤੇਰਾ ਨਾਮ ਦਾਤਿਆ ਤੇਰੇ ਚਰਨਾਂ ਚ ਪੱਖਾ ਚੱਲਣਾ ਪਵੇ ਪੈਰ ਮਲ ਨਹੀਂ ਪਹਿਣ ਪਾ ਧੋਣੀ ਪਹਿਣ ਕੁੱਟਣੀ ਪਹਿਣ ਤੇਰਾ ਨਾਮ ਜਪਣ ਚ ਪੱਖਾ ਚੱਲਣ ਚ ਪੈਰ ਧੋਣ ਚ ਸੰਗਤਾਂ ਦੇ ਸਵਾਦ ਇਹ ਬੜਾ ਹੈ ਕਿਉਂਕਿ ਲੂਣ ਖਰਾਮੀ ਨਾਨਕ ਲਾਲ ਆ ਬਖਸ਼ੈ ਤੁਧ ਬੜਿਆ ਹੈ ਇਸ ਗੱਲ ਨੂੰ ਥੋੜਾ ਜਿਹਾ ਵਿਚਾਰੀਏ ਸਮਝੀਏ ਇਹ ਕੈਸੀ ਗੁਰੂ ਦੀ ਗੁਲਾਮੀ ਕੋਈ ਗਿਲਾ ਸ਼ਿਕਵਾ ਨਹੀਂ ਇਨੀ ਸੇਵਾ ਦਿਨੇ ਰਾਤ ਕਰਨੀ ਗੁਲਾਮ ਬਣ ਕੇ ਤੇ ਅੰਦਰੋਂ ਨਿਕਲਦਾ ਕੀ ਕਹਿਣ ਲੱਗ ਕੇ ਦਾਤਾ ਜਿੰਨਾ ਕੁ ਮੈਨੂੰ ਤੇਰੇ ਦਰ ਤੇ ਬੈਠ ਕੇ ਤੇਰੀ ਸੇਵਾ ਕਰਨੀ ਚਾਹੀਦੀ ਸੀ ਮੇਰੇ ਤੋਂ ਖੁੰਦੀ ਨਹੀਂ ਪਈ ਜੋ ਮੇਰੇ ਅੰਦਰ ਹੁਕਮ ਮੰਨਣ ਦਾ ਭਾਵਨਾ ਚਾਹੀਦੀ ਸੀ ਉਹਦੇ ਬਦਲੇ ਜੋ ਕੁਝ ਤੂੰ ਮੈਨੂੰ ਅੰਦਰੋਂ ਦੇ ਰਿਹਾ ਹੈ ਉਹਦੇ ਬਦਲੇ ਮੈਂ ਉਹਨਾਂ ਕੁਝ ਕਰ ਨਹੀਂ ਸਕ ਰਿਹਾ ਮੈਨੂੰ ਲੱਗਦਾ ਮੈਂ ਲੋਨ ਕਰਾਮੀ ਆ ਇਹ ਤਾਂ ਤੂੰ ਵੈਸੀ ਬਖਸ਼ਾ ਕਰੀ ਜਾ ਰਿਹਾ ਥੋੜਾ ਜਿਹਾ ਕੰਮ ਕਰਾ ਕੇ ਭਾਈ ਮੰਜ ਕੋਲ ਥੋੜਾ ਜਿਹਾ ਖੋਇਆ ਤੇ ਕਹਿੰਦੇ ਇਹਨਾਂ ਕੁਝ ਦੇ ਦਿੱਤਾ ਸਾਨੂੰ ਤੇ ਲੱਗਦਾ ਨਾ ਤਨ ਭਾਈ ਮੰਜ ਜੀ ਜਿਨ੍ਹਾਂ ਨੇ ਪੈਸਾ ਮਾਲ ਡੰਗਰ ਤੇ ਲੋਕਾਂ ਵਿੱਚ ਬਣੀ ਥੋੜੇ ਲੋਕਾਂ ਵਿੱਚ ਇੱਜ਼ਤ ਉਹਨੂੰ ਵਾਰ ਦਿੱਤਾ ਨਹੀਂ ਜਿਹੜੇ ਤੁਰਦੇ ਨੇ ਉਹ ਕਹਿੰਦੇ ਤੇ ਕੁਝ ਵੀ ਨਹੀਂ ਲੂਣ ਖਰਮ ਇਨਾਨਕ ਲਾਲਾ ਬਖਸ਼ ਤੁਦਵੜਿਆਈ ਮੇਰੇ ਆਦਾਤਿਆ ਮੈਨੂੰ ਬਖਸ਼ ਲਈ ਜੋ ਕੁਝ ਮੈਨੂੰ ਚਾਹੀਦਾ ਕਰਨਾ ਮੈਂ ਕੀਤਾ ਨਹੀਂ ਮਹਾਂਪੁਰਖ ਦੱਸਦੇ ਸੀ ਨਾ ਉਹ ਕਹਿੰਦੇ ਇਸ ਰਾਹ ਦੀ ਇਹ ਨਿਸ਼ਾਨੀ ਹੈ ਜਿੰਨਾ ਅੰਦਰ ਰਾਸਤੇ ਆਨੰਦ ਆਏਗਾ ਸੇਵਾ ਸਿਮਰਨ ਕਰ ਕਰਕੇ ਉਨਾ ਅੰਦਰ ਖਿਆਲ ਆਏਗਾ ਜਿੰਨਾ ਮੈਨੂੰ ਕਰਨਾ ਚਾਹੀਦਾ ਮੈਂ ਉਹਨਾ ਮੇਰੇ ਤੋਂ ਕੋ ਨਹੀਂ ਰਿਹਾ ਮੈਨੂੰ ਹੋਰ ਕਰਨਾ ਚਾਹੀਦਾ ਇਹਨਾਂ ਤੇ ਕੁਝ ਵੀ ਨਹੀਂ ਦੋਜੀਆਂ ਸਖੀਆਂ ਕਿੱਥੇ ਚਲੀਆਂ ਗਈਆਂ ਇਹ ਉਹਦੀ ਬਖਸ਼ਿਸ਼ ਦੀ ਨਿਸ਼ਾਨੀ ਹੈ ਮਨ ਨੀਮਕ ਹੁੰਦਾ ਉਹ ਹੋਰ ਮੇਰ ਕਰਦਾ ਆਤ ਜੁਗਾ ਦਇਆਪਤ ਦਾਤਾ ਤੁਧ ਬਿਨ ਮੁਕਤ ਨਾ ਪਾਈ ਉਹ ਸ਼ੁਰੂ ਤੋਂ ਲੈ ਕੇ ਦਾਤਾ ਦੇ ਆ ਵਾ ਨੇ ਇਹ ਰਹੂ ਉਹਦੇ ਤੋਂ ਬਗੈਰ ਮੁਕਤੀ ਨਹੀਂ ਮੈਂ ਗੱਲ ਕਰ ਰਿਹਾ ਸਾਂ ਉਹਦੀ ਗੁਲਾਮੀ ਕਰਨੀ ਉਹਦੇ ਕੋਲ ਵਿਕ ਜਾਏ ਇਹ ਉਹਦੇ ਕੋਲ ਵਿਕਣ ਨਾਲ ਕੀ ਮਿਲਦਾ ਰੱਬ ਖੁਦ ਮਿਲ ਜਾਂਦਾ ਹੈ ਉਹਦਾ ਪ੍ਰੇਮ ਮਿਲ ਜਾਂਦਾ ਹੈ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰੇਮ ਲੈਣ ਦੇ ਬਦਲੇ ਗੁਰੂ ਦੇ ਗੁਲਾਮ ਬਣ ਜਾਵੋ ਫਿਰ ਵੇਖੋ ਸਾਰਾ ਜਗਤ ਹੀ ਸਹਬ ਕਹਿੰਦੇ ਤੁਹਾਡਾ ਗੁਲਾਮ ਖੋਏਗਾ ਪਰ ਤੁਹਾਨੂੰ ਗੁਲਾਮ ਬਣਾਉਣ ਦੀ ਚਾਹਣਾ ਹੀ ਨਹੀਂ ਰਹਿ ਜਾਏਗੀ ਤੁਸੀਂ ਖੁਦ ਮਨੁੱਖਤਾ ਦੇ ਚਰਨਾਂ ਵਿੱਚ ਡਿੱਗ ਕੇ ਉਹਨਾਂ ਦੀ ਸੇਵਾ ਵਿੱਚ ਖਾਜਰ ਕੋ ਹੋਗੇ ਪਿਆਰੇ ਭਾਈ ਨੰਦ ਲਾਲ ਸਾਹਿਬ ਇੱਕ ਦਿਨ ਸੱਚੀ ਮੁੱਚੀ ਆਨੰਦਪੁਰ ਸਾਹਿਬ ਸੇਵਾ ਸਿਮਰਨ ਕਰ ਰਹੇ ਸਨ ਤੇ ਬੜਾ ਹੀ ਆਨੰਦ ਆਇਓ ਨੇ ਬੜੀਆਂ ਅੰਦਰ ਪਾਵਨਾਵਾਂ ਤਿਤਰੰਗਾ ਖੜੀਆਂ ਹੋ ਗਈਆਂ ਤੇ ਪਿਆਰ ਵਿੱਚ ਆ ਕੇ ਨਾ ਇੱਕ ਦਿਨ ਜਿੱਥੇ ਤੁਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਬਿਰਾਜਮਾਨ ਸਨ ਉਸ ਬਾਜ਼ਾਰ ਗਲੀ ਵਿੱਚ ਜਾ ਕੇ ਨਾ ਹੋਕਾ ਦੇਣ ਲੱਗ ਪਏ ਪੀ ਮੇਰਾ ਆਪਾ ਲੈ ਲਓ ਮੈਂ ਵੇਚਣਾ ਜਿਵੇਂ ਆਪਣੇ ਦੇਸ਼ ਅੰਦਰ ਕੋਈ ਕੱਪੜੇ ਵੇਚਣ ਵਾਲਾ ਹੋਕਾ ਦਿੰਦਾ ਕੋਈ ਸਬਜ਼ੀਆਂ ਵੇਚਣ ਵਾਲਾ ਕੋਈ ਭਾਂਡੇ ਵੇਚਣ ਵਾਲਾ ਜਾਂ ਕੋਈ ਹੋਰ ਸਾਜੂ ਸਮਾਨ ਰੇੜੀ ਵਾਲੇ ਆਉਂਦੇ ਇਸੇ ਤਰ੍ਹਾਂ ਇਹ ਕਹਿੰਦੇ ਮੈਂ ਆਪਣਾ ਆਪਾ ਵੇਚਣਾ ਹੈ ਪੂਰੀ ਤਿਆਰੀ ਵਿੱਚ ਵੀ ਮੈਂ ਆਪਾ ਦੇ ਦਿਆਂ ਤੇ ਉਹਦੇ ਬਦਲੇ ਅਕਾਲ ਪੁਰਖ ਦੀ ਰਹਿਮਤ ਲਵਾਂ ਜਦੋਂ ਸਤਿਗੁਰੂ ਜੀ ਨੇ ਪੁੱਛਿਆ bari ਖੋਲ ਕੇ ਨੰਦ ਲਾਲ ਜੀ ਕੀ ਮੁੱਲ ਰੱਖਿਆ ਜੇ ਆਪਾਂ ਵੇਚਣ ਆਇਓ ਇਹਦੇ ਬਦਲੇ ਕੀ ਚਾਹੁੰਦੇ ਹੋ ਕਹਿਣ ਲੱਗੇ ਸਤਿਗੁਰੂ ਜੀ ਮੇਹਰਾਂ ਪਰ ਇੱਕ ਨਿਗਾਹ ਹਰ ਰੋਜ਼ ਇਸ ਗਰੀਬ ਇਸੇਵਾਦਾਰ ਉਲਮਾਰਿਆ ਕਰੋ ਉਹਦੇ ਬਦਲੇ ਮੇਰਾ ਆਪਾ ਲੈ ਲਓ ਤੁਹਾਡੀ ਮਿਹਰ ਪਰ ਨਿਗਾਹ ਰੋਜ਼ ਚਾਹੀਦੀ ਏ ਪਰ ਸਤਗੁਰੂ ਜੀ ਨੇ ਤਾਂ ਪਰਵਾਨ ਨਹੀਂ ਕੀਤਾ ਇਹ ਬੜੀ ਖੋਰ ਤਰ੍ਹਾਂ ਦੀ ਖੇੜ ਇਹ ਨਹੀਂ ਜਿਉਣਾ ਆਪਾਂ ਕਹਿ ਦੇਾਂਗੇ ਸਤਗੁਰੂ ਜਾਓ ਸਿਰ ਤੁਹਾਨੂੰ ਦਿੱਤਾ ਤਨ ਮਨ ਧਨ ਦਿੱਤਾ ਤੁਹਾਨੂੰ ਅਗਲੇ ਦੀ ਮਰਜ਼ੀ ਇਹ ਪਈ ਉਹ ਪਰਮਾਨ ਕਰਦਾ ਕਿ ਨਹੀਂ ਕਰਦਾ ਸਾਹਿਬ ਕਹਿੰਦੇ ਨਾ ਸਤਗੁਰ ਆਗਿਆ ਸੀਸ ਪੇਟ ਦੇਉ ਜੇ ਸਤਗੁਰ ਸੱਚੇ ਭਾਵੇਂ ਪਹਿਲੀ ਗੱਲ ਤੇ ਕੋਈ ਦੇਣ ਨੂੰ ਤਿਆਰ ਨਹੀਂ ਜੇ ਤਿਆਰ ਕੋਈ ਖੋਜ ਆਵੇ ਫਿਰ ਲੈਣ ਵਾਲੇ ਦੀ ਮਰਜ਼ੀ ਏ ਕਿ ਉਹ ਅੱਗੋਂ ਲੈਂਦਾ ਕਿ ਉਹ ਮੋੜ ਦਿੰਦਾ ਕਲਗੀਆਂ ਵਾਲੇ ਨੇ ਮੋੜ ਦਿੱਤਾ ਕਹਿਣ ਲੱਗੇ ਇਹ ਅਜੇ ਮੈਲਾ ਏ ਇਹਦੇ ਅੰਦਰ ਅਜੇ ਇਹਨੂੰ ਉਸ ਦਾ ਮੁੱਲ ਪਾਣਾ ਆ ਰਿਹਾ ਪੀ ਜਿਹੜੀ ਅਮੁੱਲਕ ਚੀਜ਼ ਏ ਉਹਦਾ ਮੁੱਲ ਪਾ ਰੇ ਕਹਿੰਦੇ ਮੈਲਾ ਏ ਇਹਨੂੰ ਅਜੇ ਤੋ ਅਜੇ ਤੈਨੂੰ ਆਪਾ ਵੇਚਣਾ ਨਹੀਂ ਆਇਆ ਜਾਂ ਤੇ ਜਾਂ ਤੈਨੂੰ ਮੁੱਲ ਹੀ ਮੰਗਣਾ ਆਇਆ ਜਿਹੜੇ ਸਤਮੁੱਚ ਆਪਾ ਵਿਕੰਤੁਰ ਜਿਹੜੇ ਵੇਚਨ ਤੁਰ ਪੈ ਉਹਨਾਂ ਦੀ ਮੰਗ ਕੋਈ ਨਹੀਂ ਹੁੰਦੀ ਉਹ ਕਹਿੰਦੇ ਕੇਵਲ ਲੈ ਲੈ ਤੂੰ ਮੇਰਾ ਆਪਾ ਕਿਉਂਕਿ ਜਿੰਨੇ ਲੈ ਲਿਓ ਬਦਲੇ ਆਉਣਾ ਹੀ ਪਰਮੇਸ਼ਰ ਨੇ ਉਹ ਕਿੰਨੇ ਕਹ ਗੁਰੂ ਕੇ ਪਿਆਰਿਓ ਸਤਗੁਰੂ ਜੀ ਨੇ ਸਾਡੇ ਵਾਸਤੇ ਭਲੇ ਵਾਸਤੇ ਬਚਨ ਕੀਤੇ ਸਨ ਭਾਈ ਨਲਾਲ ਸਾਹਿਬ ਜੀ ਨੇ ਕਿੰਨੇ ਪੂਰਨੇ ਪਾਏ ਫਿਰ ਸੇਵਾ ਵਿੱਚ ਮਗਨ ਹੋ ਗਏ ਔਰ ਜਦੋਂ ਸੇਵਾ ਸਿਮਰਨ ਕੀਤੇ ਫਿਰ ਬਾਹਰੋਂ ਕਹਿਣਾ ਨਹੀਂ ਪਿਆ ਫਿਰ ਚੁੱਪ-ਚੁਪੀ ਤੇ ਇਹਨਾਂ ਆਪਾ ਦੇ ਵੀ ਦਿੱਤਾ ਤੇ ਸਤਿਗੁਰ ਪਿਆਰੇ ਨੇ ਲੈ ਵੀ ਲਿਆ ਫਿਰ ਇਹ ਸੌਦਾ ਬਗੈਰ ਚੋ ਬਗੈਰ ਬੋਲੇ ਤੋਂ ਹੋ ਜਾਂਦੇ ਸਾਬ ਕਹਿੰਦੇ ਨੇ ਨਾ ਵੇਣੋਂ ਬੋਲਿਆ ਸਭ ਕੁਛ ਜਾਣਦਾ ਕਿਸ ਆਗੇ ਕੀਚੇ ਅਰਦਾਸ ਉਪਰ ਅੰਦਰ ਦਾ ਬੋਲਣਾ ਬੰਦ ਹੋਵੇ ਕੇਵਲ ਅੰਦਰ ਪਿਆਰ ਹੀ ਪਿਆਰ ਰਹਿ ਜਾਵੇ ਤੋ ਸਤਿਗੁਰੂ ਜੀ ਕਿਰਪਾ ਕਰਨ ਅਜ ਨਾਮੇ ਸਤਿਗੁਰਾਂ ਦਾ ਹੁਕਮ ਏ ਭਾਈ ਮਨਾ ਤੂੰ ਕੀ ਕਰ ਰਿਆ ਜਿਹਨੂੰ ਪਕੜਨਾ ਸੀ ਜਿੱਥੇ ਤੂੰ ਸੀ ਆਪਾ ਵੇਚਣਾ ਉਹਨੂੰ ਛੱਡ ਦਿੱਤਾ ਹੀ RAM ਨਾਮ ਦਾ ਸਿਮਰਨ ਛੋੜਿਆ ਮਾਇਆ ਖਾਤ ਬਿਕਾਨਾ ਮਾਇਆ ਕੁਲ ਵਿਕਗੇ ਇਹਦੇ ਕੋਲ ਵਿਕੇਗਾ ਤੇ ਅੱਜ ਵੀ ਦੁਖੀ ਤੇ ਕੱਲ ਵੀ ਦੁਖੀ ਰਹਾਓ ਮਾਤ ਪਿਤਾ ਭਾਈ ਸੁਤ ਬਨਤਾ ਤਾਂ ਕਹਿ ਰਸ ਲਪਟਾਣਾ ਵਿਖਣਾ ਵੀ ਮਾਇਆ ਕੋਲ ਜਿਹੜੇ ਵਿਕਦੇ ਨੇ ਉਹਨਾਂ ਦੀ ਸਾਰੀ ਜ਼ਿੰਦਗੀ ਸੋਚ ਕਿੱਥੇ ਰਹਿੰਦੀ ਮਾਤਾ ਪਿਤਾ ਭਰਾ ਪੁੱਤਰ ਪਤਨੀ ਉਹਨਾਂ ਚੋਂ ਰਸ ਲੈਣਾ ਵੀ ਉਹੀ ਸਭੋ ਕੁਝ ਨੇ ਜੋਬਨ ਧਨ ਪ੍ਰਭ ਤਾਂ ਕਹਿ ਮਦ ਮਦ ਕਹਿੰਦੇ ਅਹੰਕਾਰ ਨੂੰ ਤਿੰਨ ਚੀਜ਼ਾਂ ਦੀ ਤੂੰ ਸਾਰੀ ਜ਼ਿੰਦਗੀ ਇਕੱਠੀਆਂ ਕੀਤੀਆਂ ਜਵਾਨੀ ਦਾ ਮਾਨ ਨਸ਼ਾ ਤੈਨੂੰ ਰਿਆ ਪੈਸੇ ਦਾ ਰਿਆ ਤੇ ਪ੍ਰਭਤਾ ਦਾ ਐਨਸ ਰਹਿ ਦਿਵਾਨਾ ਦਿਨ ਰਾਤ ਬਸ ਇਸੇ ਹੀ ਮਦ ਵਿੱਚ ਦਿਵਾਨ ਹੋਇਆ ਰਿਹਾ ਪੀ ਤਿੰਨ ਚੀਜ਼ਾਂ ਮੇਰੇ ਕੋਲ ਚਾਹੀਦੀਆਂ ਨੇ ਇਹਨਾਂ ਦਾ ਨਸ਼ਾ ਇਕੱਠਾ ਕੀਤਾ ਤੇ ਪੀ-ਪੀ ਕੇ ਖੁਆਰ ਹੋਇਓ ਸਾਬ ਕਹਿੰਦੇ ਦੀਨ ਦਇਆਲ ਸਦਾ ਦੁੱਖ ਪੰਜਨ ਤਾਂ ਸਿਉ ਮਨ ਨਾ ਲਗਾਣਾ ਜਿਹੜਾ ਵਾਹਿਗੁਰੂ ਗਰੀਬਾਂ ਨੂੰ ਪਿਆਰ ਕਰਦਾ ਸਾਡੇ ਦੁੱਖੜੇ ਦੂਰ ਕਰਦਾ ਉਦਿਨ ਅਲਮਾਨ ਨੂੰ ਲਾਇਆ ਹੀ ਨਹੀਂ ਮਨ ਇਹਨਾਂ ਚੀਜ਼ਾਂ ਨਾਲ ਲਾ ਛੜਿਆ ਵਿਕ ਗਿਆ ਇਹਨਾਂ ਕੋਲ ਸਾਰੀ ਜ਼ਿੰਦਗੀ ਲਾ ਦਿੱਤੀ ਤੂੰ ਇਹਨਾਂ ਚੀਜ਼ਾਂ ਵਾਸਤੇ ਜਵਾਨੀ ਲਈ ਤਨ ਲਈ ਪ੍ਰਭਤਾ ਲਈ ਕਹਿੰਦੇ ਤੇ ਲਾਣਾ ਸੀ ਜੀਵਨ ਪਰਮੇਸ਼ਰ ਦੀ ਪ੍ਰਾਪਤੀ ਲਈ ਕਿਹੜੀ ਵੱਡੀ ਗਲਤੀ ਕਰ ਰਹੇ ਜਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਣਾ ਕੋਈ ਕਰੋੜਾਂ ਚ ਕਾਦੇ ਜਿਹੜਾ ਗੁਰੂ ਦੇ ਸਾਹਮਣੇ ਹੋ ਕੇ ਇਸ ਗੱਲ ਦੀ ਪਛਾਣ ਕਰਦਾ ਏ ਮੈਂ ਮਾਇਆ ਕੁਲ ਨਹੀਂ ਵਿਕਣਾ ਮੈਂ ਸਤਗੁਰੂ ਕੁਲ ਵਿਕਣਾ ਆਏ ਮੈਂ ਦੁਨੀਆ ਦਾ ਗੁਲਾਮ ਨਹੀਂ ਸਤਗੁਰੂ ਦਾ ਗੁਲਾਮ ਖੋਣਾ ਆਏ ਇਹਦੇ ਵਿੱਚੋਂ ਜ਼ਿੰਦਗੀ ਉਤਸ਼ਾਹ ਤੇ ਖੇੜੇ ਮਿਲਨੇ ਕਾਣ ਤੋ ਆਉ ਸਤਗੁਰੂ ਜੀ ਕਿਰਪਾ ਕਰਨ ਅਸੀਂ ਮਨ ਵੇਚੇ ਸਤਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਆਪਣਾਪ ਗੁਰੂ ਕੁਲ ਵੇਚੀਏ ਜਿਹਦੇ ਨਾਲ ਤਮਾਮ ਕਾਰਜ ਸਤਗੁਰੂ ਜੀ ਸਾਡੇ ਰਾਸ ਕਰਨਗੇ ਇਨੇ ਬਚਨ ਪ੍ਰਵਾਨ ਕਰਨੇ ਜੀ ਫੁੱਲ ਚੁੱਕ ਦੀ ਖਿਮਾ ਕਰਨੀ ਸਾਧ ਸੰਗਤ ਫਤਿਹ ਬੁਲਾਓ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ